5 ਸਾਲ ਪਹਿਲਾਂ ਮਹਿਜ 18 ਸਾਲ ਦੀ ਉਮਰ ਵਿੱਚ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਸੁਧਾਰਨ ਅਤੇ ਚੰਗੇ ਭਵਿੱਖ ਲਈ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਕੈਨੇਡਾ ਗਏ ਕਰਨ ਸਿੰਘ ਦੀ ਮੌਤ। ਕਰਨ ਸਿੰਘ ਦੀ ਮੌਤ ਕਾਰਨ ਨਵੇਂ ਸਾਲ ਦੀ ਪਹਿਲੀ ਸਵੇਰ ਤੋਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਕਰਨ ਸਿੰਘ ਦੀ ਮ੍ਰਿਤਕ ਦੇ ਅੱਜ ਬਾਅਦ ਦੁਪਹਿਰ ਤੱਕ ਗਿੱਦੜਬਾਹਾ ਪਹੁੰਚੀ, ਜਿੱਥੇ ਬਾਅਦ ਦੁਪਹਿਰ ਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਣਯੋਗ ਹੈ ਕਿ 23 ਸਾਲਾ ਕਰਨ ਸਿੰਘ ਦੀ ਮੌਤ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉੱਥੇ ਆਰਥਿਕ ਮਦਦ ਇਕੱਠੀ ਕਰਕੇ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਲਿਆਂਦਾ ਗਿਆ। ਦੱਸਣਯੋਗ ਹੈ ਕਿ ਮ੍ਰਿਤਕ ਕਰਨ ਸਿੰਘ ਤੋਂ ਬਾਅਦ ਹੁਣ ਉਸਦੇ ਪਰਿਵਾਰ ਵਿੱਚ ਉਸਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇਕਲੌਤਾ ਸਹਾਰਾ ਬੱਚੀ ਹੈ। ਕਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ, ਇਕੱਲਾ ਬੇਟਾ ਸੀ ਫਾਦਰ ਤੋਂ, ਅਮਰਜੀਤ ਤੋਂ। ਇਹਨਾਂ ਤੋਂ ਬੜਾ ਕੰਮ ਨਹੀਂ ਹੁੰਦਾ, ਸ਼ੂਗਰ ਦੇ ਮਰੀਜ਼ ਨੇ। ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ, ਉਹਦੇ ਲਈ ਕੋਈ ਅਲਫਾਜ਼ ਨਹੀਂ, ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਮੌਕਿਆਂ 'ਤੇ ਨਾ ਆਪਣੇ ਇਨਸਾਨੀਅਤ ਦਾ ਪਤਾ ਲੱਗਦਾ ਆਸੇ ਪਾਸੇ ਵਾਲੇ ਲੋਕ। ਜਦੋਂ ਇਹ ਗੱਲ ਹੋਈ, ਸਭ ਨੇ ਮਤਲਬ ਅੱਗੇ ਆ ਕੇ ਮਦਦ ਕੀਤੀ, ਆਪਣੇ ਸ਼ਹਿਰ ਦੀ ਹੈ, ਮੈਂ ਨਾਂ ਨਹੀਂ ਕਿਸ ਦਾ ਲੈਂਦਾ, ਕੋਈ ਡਾਕਟਰ, ਕੋਈ ਸਮਾਜ ਸੇਵੀ ਸੰਸਥਾ, ਤੁਹਾਡੀਆਂ ਸੰਸਥਾਵਾਂ, ਜਿੰਨੇ ਪੱਤਰਕਾਰ ਸੀ, ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰਤੇ ਸੀ ਯਾਰ, ਇੰਨੀ ਸਾਡੀ ਪਹੁੰਚ ਆ, ਅਸੀਂ ਆਪਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਹਾਂ। ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ, ਭਾਰਤ ਸਰਕਾਰ ਦਾ, ਉਹਨਾਂ ਨੇ ਸਾਡਾ ਇੱਕ ਵੀ ਰੁਪਈਆ ਨਹੀਂ ਲੱਗਣ ਦਿੱਤਾ। ਕਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ, ਇਕੱਲਾ ਬੇਟਾ ਸੀ ਫਾਦਰ ਤੋਂ, ਅਮਰਜੀਤ ਤੋਂ। ਇਹਨਾਂ ਤੋਂ ਬੜਾ ਕੰਮ ਨਹੀਂ ਹੁੰਦਾ, ਸ਼ੂਗਰ ਦੇ ਮਰੀਜ਼ ਨੇ। ਤਾਂ ਜਿਹੜੇ ਪੈਸੇ ਇਕੱਠੇ ਹੋਏ ਆ ਉਹ ਅਸੀਂ ਪਰਿਵਾਰ ਨੂੰ ਦਿੱਤੇ ਆ, ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਹਾਂ। ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੂੰ ਆਪਦੇ ਪੈਰਾਂ 'ਤੇ ਦੁਬਾਰਾ ਖੜ੍ਹਾ ਕਰਨਾ ਪਊਗਾ। ਸਮੇਂ ਨਾਲ ਵਿਦ ਟਾਈਮ ਜ਼ਰੂਰ ਜ਼ਖਮ ਭਰੂਗਾ, ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ, ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ। ਮੈਂ ਬੀਬਾ ਜੀ ਹਰਸਿਮਰਤ ਕੌਰ ਬਾਦਲ ਜੀ ਦਾ, ਸੈਂਟਰਲ ਗਵਰਨਮੈਂਟ ਦਾ, ਜਿਨ੍ਹਾਂ ਨੇ ਆਪਦਾ ਸਮਝ ਕੇ ਸਾਡੀ ਮਦਦ ਕੀਤੀ। ਸਾਡਾ ਆਪਦਾ ਭਰਾ ਸੀ ਯਾਰ, ਸਾਡੇ ਗਿੱਦੜਵੇ ਦਾ ਨਾਲ ਹੀ ਇੱਥੇ ਰਹਿੰਦਾ ਸੀ, ਬੱਚਿਆਂ ਨਾਲ ਪੜ੍ਹਦਾ ਸੀ, ਸਾਡੇ ਨਾਲ ਖੇਡਦਾ ਸੀ, ਬਾਹਰ ਗਿਆ, ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ। ਸਾਡਾ ਆਪਦਾ ਭਰਾ ਗਿਆ, ਕਿਸੇ ਦਾ ਪੁੱਤ, ਕਿਸੇ ਦਾ ਭਰਾ, ਕਿਸੇ ਦਾ ਭਾਈ, ਉਹਨਾਂ ਦੀ ਕਮੀ ਹਮੇਸ਼ਾ ਪੂਰੀ। ਮਿਹਨਤ ਮੇਰੀ, ਰਹਿਮਤ ਖੁਦਾ ਦੀ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ, ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਰਹਿਮਤ ਜੀ 98721 68593।